ਤੇ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਕਰ ਦਿੱਤਾ। ਸੰਗਰੂਰ ਰੈਲੀ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲੈ ਗਿਆ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਲਹਿਰਾ ਗਾਗਾ ਤੋਂ ਵਿਧਾਇਕੀ ਨਹੀਂ ਛੱਡਣਗੇ। ਅਕਾਲੀ ਦਲ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਢੀਂਡਸਾ ਪਿਓ ਪੁੱਤ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅਕਾਲੀ ਦਲ ਕੋਰ ਕਮੇਟੀ ਦੀ ਚੰਡੀਗੜ੍ਹ 'ਚ ਹੋਈ ਬੈਠਕ 'ਚ ਇਸ ਫੈਸਲੇ ਤੇ ਮੋਹਰ ਲਗਾਈ ਗਈ ਹੈ। ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੂੰ ਲੈ ਕੇ ਦਲਜੀਤ ਚੀਮਾ ਨੇ ਕਿਹਾ ਕਿ ਸੰਗਰੂਰ ਰੈਲੀ ਦੀ ਭੀੜ ਨੇ ਢੀਂਡਸਾ ਪਰਿਵਾਰ ਨੂੰ ਜਵਾਬ ਦੇ ਦਿੱਤਾ ਹੈ। ਮੈਂ ਕਿਹਾ ਜੀ ਕੱਲ ਹੀ ਉੱਥੇ ਹੀ ਫੈਸਲਾ ਹੋ ਗਿਆ ਸੀ, ਤੁਸੀਂ ਸਰ ਹਾਜ਼ਰ ਨਹੀਂ ਸੀ ਉੱਥੇ। ਲੱਖਾਂ ਦੀ ਗਿਣਤੀ ਦੇ ਵਿੱਚ ਸਾਰਿਆਂ ਨੇ ਉੱਥੇ, ਵੱਡੇ ਬਾਲ ਸਾਹਿਬ ਵੀ ਹਾਜ਼ਰ ਸੀ, ਪ੍ਰਧਾਨ ਸਾਹਿਬ ਵੀ ਹਾਜ਼ਰ ਸੀ, ਸਾਰੀ ਕੋਰ ਕਮੇਟੀ ਦੇ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸੀ, ਸਾਰੀ ਜ਼ਿਲ੍ਹੇ ਜਥੇਬੰਦੀ ਸੀ, ਉੱਥੇ ਹੀ ਕਰ ਦਿੱਤਾ ਸੀ। ਫਿਰ ਕੋਰ ਕਮੇਟੀ ਨੇ ਇਹੀ ਠੀਕ ਸਮਝਿਆ ਕਿ ਜੋ ਉਹਨਾਂ ਦਾ ਫੈਸਲਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਾ ਉਹ ਪ੍ਰਵਾਨ ਕਰ ਦਿੱਤਾ। ਬਾਤ ਸਿਰਫ ਇਹ ਹੈ ਕਿ ਜੋ ਹਮ ਬਾਤ ਅਭੀ ਤੱਕ ਕਰਤੇ ਰਹੇ ਹੈ, ਪਾਰਟੀ ਮੇ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ, ਤਾਨਾਸ਼ਾਹੀ ਤਰੀਕੇ ਸੇ ਕਾਮ ਚੱਲ ਰਹਾ ਹੈ, ਵੋ ਆਜ ਫਿਰ ਸਪਸ਼ਟ ਹੋ ਗਿਆ। ਕਿਉਂਕਿ ਜਬ ਹਮੇ ਇਹਨਾਂ ਨੇ ਸਸਪੈਂਡ ਕੀਆ ਤੋ ਯੇ ਕਹਾ ਗਿਆ ਵੀ ਹਮਨੇ ਨੋਟਿਸ ਇਸ਼ੂ ਕਰ ਦਿਆ ਹੈ, ਉਨਕਾ ਜਵਾਬ ਲੇਂਗੇ 15 ਦਿਨ ਮੇ, ਪਰ ਨਾ ਤੋ ਵੋ ਨੋਟਿਸ ਇਸ਼ੂ ਹੈ ਨਾ ਹੀ ਹਮਾਰਾ ਜਵਾਬ ਲਿਆ ਗਿਆ ਹੈ। ਕਿਉਂਕਿ ਇਹ ਘਬਰਾਤੇ ਥੇ ਵੀ ਜੋ ਹਮ ਜਵਾਬ ਲਿਖੇਂਗੇ ਉਨਕਾ ਇਨਕੇ ਪਾਸ ਕੋਈ ਜਵਾਬ ਨਹੀਂ ਹੋਗਾ। ਸੁਖਦੇਵ ਸਿੰਘ ਢੀਂਡਸਾ ਦੀ ਰਾਜ ਸਭਾ ਮੈਂਬਰਸ਼ਿਪ ਤੇ ਪਰਮਿੰਦਰ ਢੀਂਡਸਾ ਦੀ ਵਿਧਾਨ ਸਭਾ ਮੈਂਬਰਸ਼ਿਪ ਨੂੰ ਲੈ ਕੇ ਅਕਾਲੀ ਦਲ ਤੋਂ ਸਵਾਲ ਕੀਤਾ ਗਿਆ, ਜਿਸ ਤੇ ਦਲਜੀਤ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਸ ਤੇ ਵੀ ਚਰਚਾ ਕੀਤੀ ਜਾਵੇਗੀ। ਉਧਰ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਕਿ ਜਨਤਾ ਵੱਲ ਬਣਦੀ ਜ਼ਿੰਮੇਵਾਰੀ ਨੂੰ ਉਹ ਨਹੀਂ ਛੱਡਣਗੇ। ਉਹ ਬਾਅਦ 'ਚ ਪਾਰਟੀ ਵਿਚਾਰ ਕਰੇਗੀ, ਜਿਹੜਾ ਇਹਨਾਂ ਜਿਹੜੇ ਕੱਲ ਸੰਗਤ ਦੀ ਜੋ ਭਾਵਨਾ ਸੀ, ਕਿਉਂਕਿ ਉਹਨਾਂ ਦੇ ਦੋਸਤਾਂ ਨੂੰ ਬਾਅਦ ਕਰਨਾ ਚਾਹੀਦਾ, ਉਹ ਸੰਗਤ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹ ਪ੍ਰਵਾਨ ਹੋਣ। ਨਹੀਂ ਸਰ, ਭਾਵਨਾ ਤਾਂ ਠੀਕ ਹੈ, 6 ਸਾਲ ਲਈ ਇੱਕ ਰਾਜ ਸਭਾ, ਉਹ ਹਾਲੇ ਬਾਅਦ ਦੀਆਂ ਗੱਲਾਂ ਨੇ, ਉਹ ਬਾਅਦ 'ਚ ਦੇਖਣਗੇ। ਉਹ ਤੇ ਹਾਲੇ ਵਿਚਾਰ ਹੋਏਗੀ, ਵਾਸਤੇ ਸਪੀਕਰ ਨੂੰ ਲਿਖਣਾ ਪਏਗਾ ਕਿ ਸਾਡੇ ਐਮਐਲਏ। ਮੈਂ ਕਿਹਾ ਉਹ ਤੁਸੀਂ ਚਿੰਤਾ ਨਾ ਕਰੋ, ਉਹ ਜੋ ਪਾਰਟੀ ਦੀ ਡਿਊਟੀ ਹੈਗੀ ਹੈ ਨਾ, ਉਹ ਅਸੀਂ ਰਸਮੀ ਕਾਰਵਾਈ ਆਪੇ ਆਪ ਪਾਰਟੀ ਨੇ ਕਰਨੀ ਹੁੰਦੀ ਹੈ, ਦਫ਼ਤਰ ਦਾ ਕੰਮ ਹੈ, ਉਹ ਅਸੀਂ ਕਰਦੇ ਰਹਾਂਗੇ। ਜਿਹੜਾ ਫੈਸਲਾ ਉਹ ਜੋ ਕੱਲ ਲੋਕਾਂ ਨੇ ਕਰ ਦਿੱਤਾ ਉਹ ਫਾਈਨਲ। ਹਮਾਰੇ ਜੋ ਇਲਾਕੇ ਕੇ ਲੋਕ ਹੈ, ਮੇਰੀ ਕੰਸਟੀਚੁਐਂਸੀ ਕੇ ਲੋਕੋ ਨੇ ਮੁਝੇ ਚੁਣਕਰ ਭੇਜਾ ਹੈ, ਔਰ ਉਨਕੀ ਆਵਾਜ਼ ਔਰ ਪੰਜਾਬ ਕੇ ਲੋਕੋ ਕੀ ਆਵਾਜ਼ ਹਮ ਉਠਾਏਂਗੇ, ਯੇ ਹਮਾਰੀ ਡਿਊਟੀ ਹੈ, ਉਸਕੋ ਹਮ ਪੂਰਾ ਬਖੂਬੀ ਨਿਭਾਏਂਗੇ। ਦੇਖੋ ਵੋ ਤੋ ਬਹੁਤ ਕੁਛ ਕਹੇਂਗੇ, ਵੋ ਤੋ ਸਮੇਂ ਪੇ ਅਭੀ 2 ਸਾਲ ਬਾਅਦ ਪਤਾ ਚਲੇਗਾ ਵੀ ਕਿਸਕਾ ਵਰਚਸਵ ਬਰਕਰਾਰ ਹੈ, ਕਿਸਕਾ ਵਰਚਸਵ ਖਤਮ ਹੋ ਚੁੱਕਾ ਹੈ, ਵੋ ਤੋ ਇਲੈਕਸ਼ਨ ਮੇਂ ਹੀ ਪਤਾ ਚਲੇਗਾ ਨਾ। ਸੁਖਦੇਵ ਸਿੰਘ ਢੀਂਡਸਾ ਲੰਮੇ ਸਮੇਂ ਤੋਂ ਪਾਰਟੀ ਦੇ ਫੈਸਲਿਆਂ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਸੀ। ਬਾਅਦ 'ਚ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਵੀ ਖੁੱਲ ਕੇ ਪਾਰਟੀ ਦੇ ਖਿਲਾਫ ਹੋ ਗਏ, ਜਿਸ ਤੋਂ ਬਾਅਦ ਅਕਾਲੀ ਦਲ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਬਿਊਰੋ ਰਿਪੋਰਟ, ਜ਼ੀ ਮੀਡੀਆ।